ਆਣਾ ਸਤਲੁਜ ਦਰਿਆ ਦਾ ਬੰਨ ਟੁੱਟਣ ਦੇ ਕਾਰਨ ਜੱਦੀ ਜ਼ਮੀਨਾਂ ਦੇ ਵਿੱਚ ਰੇਤਾ ਛੜ ਗਈ ਆ ਤੁਸੀਂ ਵੇਖ ਲਓ ਵੀ ਦੂਰ ਦੂਰ ਤੱਕ ਦਰਿਆ ਆਣੇ ਜ਼ਮੀਨਾਂ ਦੇ ਵਿੱਚ ਰੇਤਾ ਛੜਤੀ ਆ ਇਹ ਜਦੋਂ ਆਪਾਂ ਮਖੂ ਤੋਂ ਸੁਲਤਾਨਪੁਰ ਲੋਧੀ ਵੱਲ ਨੂੰ ਜਾਂਦੇ ਆ ਨਾ ਸਤਲੁਜ ਦਰਿਆ ਜਿਹੜਾ ਮੇਨ ਬੰਨ ਉਹ ਟੁੱਟ ਗਿਆ ਸੀ ਪਿੰਡ ਦਾਰੇਵਾਲ ਵੱਲੋਂ ਤੇ ਸੰਗਤ ਹਲੇ ਵੀ ਉਹ ਬੰਨ ਨੂੰ ਪੂਰ ਰਹੀਆਂ ਬੰਨ ਬੱਝਿਆ ਨਹੀਂ ਤਾਂ ਦਰਿਆ ਚ ਪਾਣੀ ਵੀ ਬਹੁਤ ਜ਼ਿਆਦਾ ਹੈ ਇਹ ਦੀ ਬੰਨ ਦੀ ਸੇਵਾ ਬਾਬਾ ਸੋਖਾ ਸਿੰਘ ਸਰਹਾਣੀ ਵਾਲੇ ਤੇ ਉੱਥੋਂ ਦੇ ਨਾਇੜ ਨੇੜੇ ਤੇੜੇ ਦੇ ਪਿੰਡਾਂ ਜਿਹੜੇ ਉਹ ਸੰਗਤਾਂ ਕਰ ਰਹੇ ਇਹਨਾਂ ਸੰਗਤਾਂ ਨੂੰ ਹੁਣ ਕਿਹੜੀ ਚੀਜ਼ ਦੀ ਲੋੜ ਆ ਅਸੀਂ ਇਹਨਾਂ ਨਾਲ ਗੱਲਬਾਤ ਵੀ ਕੀਤੀ ਆ ਜਿਹੜੇ ਨੇੜੇ ਤੇੜੇ ਪਿੰਡਾਂ ਦੇ ਲੋਕ ਯਾਨੀ ਕਿ ਜਿਨ੍ਹਾਂ ਨੂੰ ਜ਼ਿੰਮੇਵਾਰੀ ਸੌਂਪੀ ਗਈ ਆ ਆਓ ਆਪਾਂ ਅੱਜ ਦੇ ਵੀਡੀਓ ਦੇ ਵਿੱਚ ਇਹਨਾਂ ਨਾਲ ਗੱਲਬਾਤ ਵੀ ਕਰਦੇ ਆ ਵੀ ਇਹਨਾਂ ਨੂੰ ਕਿਹੜੀ ਚੀਜ਼ ਦੀ ਲੋੜ ਹੈ ਤੇ ਕਿਹੜੀ ਚੀਜ਼ ਇਹਨਾਂ ਨੂੰ ਚਾਹੀਦੀ ਆ ਆਪਾਂ ਤੁਹਾਨੂੰ ਸਾਰੀ ਆ ਇੱਕ ਪਾਸੇ ਵੇਖ ਲਓ ਵੀ ਦਰਿਆ ਕਿੰਨੀ ਤੇਜ਼ ਵਗ ਰਿਹਾ ਤੇ ਤਾਂ ਬੰਨ ਹਲੇ ਤੱਕ ਨਹੀਂ ਪੂਰਿਆ ਗਿਆ ਆ ਮੈਂ ਤੁਹਾਨੂੰ ਪਾੜ ਬਖਾਉਣਾ ਜਿਹੜਾ ਹਲੇ ਤੱਕ ਪੂਰਿਆ ਨਹੀਂ ਗਿਆ ਤੇ ਦਰਿਆ ਦੇ ਪਾਣੀ ਦੀ ਤੁਸੀਂ ਸਪੀਡ ਵੇਖੋ ਤੇ ਜਿਹੜੀ ਆ ਵੀਡੀਓ ਤੁਸੀਂ ਵੇਖ ਰਹੇ ਹੋ ਇਹ ਦਰਿਆ ਨਹੀਂਗਾ ਇਹ ਜ਼ਮੀਨਾਂ ਦੇ ਵਿੱਚ ਇੰਨਾ ਇੰਨਾ ਪਾਣੀ ਆ ਕਿ ਲੋਕ ਕਿਸ਼ਤੀ ਲੈ ਕੇ ਦੂਜੇ ਪਾਸੇ ਜਾਂਦੇ ਆ ਆਓ ਹੁਣ ਆਪਾਂ ਕਰਦੇ ਆ ਉਥੋਂ ਦੀ ਸੰਗਤ ਨਾਲ ਗੱਲਬਾਤ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਵੀ ਤੁਸੀਂ ਠੀਕ ਠਾਕ ਹੋਵੋਗੇ ਅੱਜ ਆਪਾਂ ਪਹੁੰਚੇ ਆ ਦਰਿਆ ਤੇ ਇਹ ਕਿਹੜਾ ਦਰਿਆ ਪਿੰਡ ਦਾ ਰਿਵਾ ਸੱਤ ਲੋਜ ਦਰਿਆ ਇਹੜਾ ਬੰਨ ਸੀਗਾ ਇਹ ਦਾਰੇ ਵਾਲ ਵਾਲ ਨੂੰ ਟੁੱਟ ਗਿਆ ਸੀਗਾ ਜੀ ਉੱਥੋਂ ਦੀਆਂ ਸੰਗਤਾਂ ਜਿਹੜੇ ਨੇੜੇ ਤੇੜੇ ਦੇ ਪਿੰਡ ਆ ਵੀ ਉਹ ਸੇਵਾ ਕਰ ਰਹੇ ਬੰਨ ਦੀ ਬੰਨ ਨੂੰ ਬੰਨ ਰਹੇ ਆ ਹੋਰ ਉਹਨਾਂ ਨਾਲ ਕਿੱਥੋਂ ਕਿੱਥੋਂ ਦੀਆਂ ਮਤਲਬ ਸਾਧ ਸੰਗਤਾਂ ਲੱਗੀਆਂ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਆ ਤੇ ਉਹਨਾਂ ਲਈ ਆਪਾਂ ਪਿੰਡ ਤੋਂ ਕੀ ਲੈ ਕੇ ਆਏ ਉਹ ਵੀ ਤੁਹਾਨੂੰ ਆਪਾਂ ਦੱਸਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਆਈ ਆਪਣਾ ਪਰਮਜੀਤ ਸਿੰਘ ਜੀ ਠੀਕ ਆ ਜੀ ਤੇ ਜਿਹੜਾ ਆਪਣਾ ਦਰਿਆ ਦਾ ਬੰਨ ਟੁੱਟਿਆ ਦਾ ਪਹਿਲਾਂ ਸਾਨੂੰ ਦੱਸੋ ਵੀ ਇਹ ਕਿੱਥੇ ਗਿਆ ਕਿਹੜਾ ਜਿਵੇਂ ਲੋਕਾਂ ਨੇ ਆਉਣਾ ਹੋਵੇ ਕਿੱਥੇ ਆਉਣ ਇਹ ਦਾਰਿਆਲ ਪਿੰਡ ਆ ਜੀ ਆ ਵੱਡਾ ਪੁਲ ਸਤਲੁਜ ਦਰਿਆ ਦਾ ਜੀ ਇਹਦੇ ਲਾ ਕੇ ਬਿਲਕੁਲ ਐਡਵਾਂਸ ਬਣ ਲਈ ਪਿੰਡਾਂ ਲੋ ਇਹ ਇੱਚ ਗਵਰਨਮੈਂਟ ਦਾ ਕੋਈ ਰੋਲ ਨਹੀਂ ਸਿਰ ਬਾਬਾ ਸੋਖਾ ਸੰਘ ਸਹੈਲੀ ਦਾ ਵਾਲਾ ਦੀ 768 ਕੰਮ ਚੱਲ ਰਿਹਾ ਜੀ ਤੇ ਸੰਗਤਾਂ ਜਿੱਦਾਂ ਤੁਸੀਂ ਆਏ ਅੱਜ ਸੇਵਾ ਇਦਾਂ ਬਹੁਤ ਜਿਆਦਾ ਸੰਗਤਾਂ ਕਰ ਰਹੀਆਂ ਸੰਗਤਾਂ ਦੇ ਸੰਜੋਗ ਨਾਲ ਜੀ ਤੇਲ ਪਾਣੀ ਜਿਦਾਈ ਜਾਂਦਾ ਲੱਗੀਆਂ ਜਾਂਦਾ ਕੁਝ ਪਿੰਡਾਂ ਲੋ ਹੈਲਪ ਜਿੰਨੀ ਹੋਈ ਵੱਧ ਤੋਂ ਵੱਧ ਅਨਾਈ ਵੀਰਾਂ ਨੇ ਬਹੁਤ ਕੀਤੀ ਆ ਹਾਂਜੀ ਉਹਨਾਂ ਸਾਰਿਆਂ ਦਾ ਹੀ ਧੰਨਵਾਦ ਅੱਜ ਵੀਰ ਜੀ ਆਏ ਆ ਪਿੰਡ ਝੰਡਿਆਣਾ ਤੋਂ ਹਾਂਜੀ 1,7000 ਰੁਪਏ ਲੈ ਕੇ ਆਏ ਜੀ ਡੀਜ਼ਲ ਵਾਸਤੇ ਇਹਨਾਂ ਦਾ ਅਸੀਂ ਸਾਰੇ ਪਿੰਡ ਵੱਲੋਂ ਬਾਬਾ ਸੁਖਾ ਸਿੰਘ ਸਹਾਲੀ ਸਾਹਿਬ ਵਾਲਾ ਵੱਲੋਂ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਜੀ ਤੇ ਬਾਕੀ ਜਿਵੇਂ ਹੁਣ ਇੱਥੇ ਹੋਰ ਤੁਹਾਨੂੰ ਕਿਹੜੀ ਚੀਜ਼ ਦੀ ਲੋੜ ਆ ਵੀ ਜਿਹੜੇ ਆਪਣੇ ਲੋਕ ਇਹ ਵੀਡੀਓ ਵੇਖਣ ਉਹ ਵੀ ਤੁਸੀਂ ਕਿਹੜੀ ਚੀਜ਼ ਦੀ ਮੰਗ ਕਰਦੇ ਵੀ ਇਹ ਚੀਜ਼ ਤੁਹਾਡੇ ਤੱਕ ਡੀਜ਼ਲ ਤਾਂ ਹੀ ਜ਼ਿਆਦਾ ਪ੍ਰੋਗਰਾਮ ਡੀਜ਼ਲ ਦੀ ਸਮੱਸਿਆ ਵਜਾ ਨਹੀਂ ਆ ਬਜਾਏ ਡੀਜ਼ਲ ਘੱਟ ਤੋਂ ਘੱਟ ਵੀ 20-25 ਲੱਖ ਦਾ ਹੋਰ ਲੱਗਦਾ ਜੀ ਇਹ ਸਾਰਾ ਬੰਨ ਮਜ਼ਬੂਤ ਕਰਨਾ ਜੀ ਹਾਂ ਅਸੀਂ ਵੇਖ ਸਾਰਾ ਸਿਰੇ ਤੋਂ ਲੈ ਕੇ ਕੋਝਾੇ ਕਰਨਾ ਠੀਕ ਆ ਜੀ ਹਾਂ ਤੇ ਇਸ ਸੰਗਤਾਂ ਦੇ ਸਹਿਯੋਗ ਨਾਲ ਹੀ ਸਾਰਾ ਤੇ ਬੰਨ ਦਾ ਕਿੰਨਾ ਕੁ ਪਾੜ ਰਹਿ ਗਿਆ ਜੀ ਬੰਨ ਦਾ ਪਾੜਾ ਜੀ 30 ਫੁੱਟ ਰਹਿ ਗਿਆ ਜੀ ਠੀਕ ਆ ਜੀ ਤੇ ਕਿੰਨਾ ਸੀਗਾ ਜਦੋਂ ਪਹਿਲੇ ਦਿਨ ਤੋਂ ਟੁੱ ਮੰ ਲੋ 600 650 ਫੁੱਟ ਸੀ ਅੱਛਾ ਇਹ ਨਾ ਹਾਂਜੀ ਇੱਥੋਂ ਲੈ ਕੇ ਸਰੇ ਤੱਕ ਇਦਾਂ ਜੀ ਅੱਜ ਤੁਹਾਨੂੰ ਕਿੰਨਾ ਦਿਨ ਹੋ ਗਿਆ ਇੱਥੇ ਇਹ ਛਤਾਈਵਾਂ ਦਿਨ ਆ ਜੀ ਅੱਛਾ ਜੀ ਯਾਨੀ ਕਿ ਮਹੀਨੇ ਦੇ ਲਗਭਗ ਹੋ ਗਿਆ ਹੋ ਗਿਆ ਜੀ ਪੂਰੇ ਰੈਗੂਲਰ ਰਾਤ ਦੇ 12 1 ਵਜੇ ਤੱਕ ਚੱਲਦਾ ਇਹ ਕੰਮ ਠੀਕ ਆ ਜੀ ਤੇ ਆਪਾਂ ਇੱਥੇ ਆਏ ਸੀਗੇ ਬਈ ਆਪਣੇ ਪਿੰਡ ਤੋਂ ਕੈਨੇਡਾ ਆਸਟ੍ਰੇਲੀਆ ਦੇ ਵਿੱਚ ਮੁੰਡੇ ਆ ਜਿਨ੍ਹਾਂ ਨੇ ਆਪਦੀ ਦਸਾਂ ਨੌਾਂ ਦੀ ਕਿਰਤ ਦੇ ਵਿੱਚੋਂ ਇੰਨਾ ਹੜਪੀੜਤ ਲੋਕਾਂ ਲਈ ਮਾਇਆ ਭੇਜੀ ਆ ਉਹ ਸਾਡੇ ਨਾਲ ਆਪਣੇ ਪਿੰਡ ਦੇ ਤੇ ਮੈਂਬਰ ਗੁਰਪ੍ਰਭਿੰਦਰ ਸਿੰਘ ਸੇਕੋਂ ਭਾਈਦਰ ਸੇਵਾ ਭਾਈ ਜਸਵੀਰ ਸਿੰਘ ਆ ਅਸੀਂ ਚਾਰੋ ਜਾਨੇ ਆਏ ਆ ਇਹਨਾਂ ਨੂੰ 1 ਲੱਖ ਦੇ 7000 ਰੁਪਇਆ ਦੇਣ ਇਹ ਕਹਿੰਦੇ ਵੀ ਸਾਨੂੰ ਡੀਜ਼ਲ ਮਤਲਬ ਚਾਹੀਦਾ ਵਾ ਤੇ ਤੁਸੀਂ ਪੰਪ ਤੇ ਜਮ੍ਹਾਂ ਕਰਵਾ ਦਿਓ ਜਿਵੇਂ ਜਿਵੇਂ ਅਸੀਂ ਲਈ ਜਾਵਾਂਗੇ ਤੇ ਉਹਵੇਂ ਪਰਚੇ ਦੇਈ ਜਾਵਾਂਗੇ ਤੇ ਸਾਡੇ ਨਾਲ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਐਨ ਆਰ ਆਈ ਵੀਰਾਂ ਦਾ ਵੀ ਜਿਨ੍ਹਾਂ ਨੇ ਮਤਲਬ ਹੜਪੀੜਤਾ ਦੀ ਮਦਦ ਕੀਤੀ ਆ ਤੇ ਹੋਰ ਵੀ ਜੇ ਕੋਈ ਮਦਦ ਕਰਨੀ ਚਾਹੁੰਦਾ ਤੇਲ ਦੇ ਰੂਪ ਵਿੱਚ ਕਰ ਸਕਦਾ ਹੈ ਨਹੀਂ ਤੇ ਬਾਕੀ ਇਹਨਾਂ ਦਾ ਕਹਿਣਾ ਦਾ ਭਾਵੇਂ ਆ ਵੀ ਜੇ ਅਸੀਂ ਇਹ ਬੰਨ ਬੰਨਾਂਗੇ ਤਾਂ ਅਸੀਂ ਇਹ ਜ਼ਮੀਨ ਨੂੰ ਪਾਣੀ ਸਿਕਾ ਕੇ ਕਣਕ ਪੀ ਸਕਦੇ ਆ ਤੇ ਨਹੀਂ ਤਾਂ ਸਸੀਂ ਕਣਕ ਵੀ ਨਹੀਂ ਪੀ ਸਕਦੇ ਜੇ ਬੰਨ ਨਾ ਵੱਜਿਆ ਤਾਂ ਤੁਸੀਂ ਪਹਿਲਾਂ ਵੀਡੀਓ ਵੇਖੀ ਜੋ ਕਿਵੇਂ ਪਾਣੀ ਪਾਣੀ ਦਾ ਪੱਧਰ ਅੱਗੇ ਨਾਲੋਂ ਘਟਿਆ ਦਰਿਆ ਚ ਕਿਵੇਂ ਥੋੜਾ ਘਟਿਆ ਜੀ ਠੀਕ ਆ ਜੀ ਇਹ ਜਿਹੜਾ ਜਿਹੜਾ ਬੰਨ ਆ ਇਹ ਕਿੰਨੇ ਪਿੰਡਾਂ ਤੱਕ ਮਾਰ ਕਰਦਾ ਟੁੱਟਿਆ ਹੈ 16 17 ਪਿੰਡ ਆ ਜੀ ਇਹਨਾਂ ਤੋਂ ੱਲੇ ਤੱਕ ਸਾਰੀ ਕਿ ਹੈਡ ਤੱਕ ਜਿੱਦਾਂ ਪਿੰਡ ਬੈਠੇ ਪੈੜੀ ਘੜ ਤੋਂ ਘੜ 10 12 ਹਜ਼ਾਰ ਏਕੜ ਆ ਜਿਹੜੀ ਜ਼ਮੀਨ ਇਹ ਪਾਣੀ ਦੇ ਥੱਲੇ ਆਈ ਹੋਈ ਹੈ ਠੀਕ ਹੈ ਚੌਂ ਜਿਲਿਆਂ ਦੀ ਪੈੜੀ ਚੌਂ ਜਲੰਧਰ ਫਿਰੋਜ਼ਪੁਰ ਅਮਰਸਰ ਠੀਕ ਹੈ ਜੀ ਚੌਂ ਜਿਲਿਆਂ ਦੀ ਪੈੜੀ ਆ ਜਾਨੀ ਜਿਹੜੇ ਆਈ ਹੋਈ ਆ ਇਹਦੀ ਮਾਰ ਹਟ ਪਾਣੀ ਦੀ ਤੇ ਬਾਕੀ ਜਿਹੜੇ ਵੀਡੀਓ ਵੇਖ ਰਹੇ ਆਪਾਂ ਉਹਨਾਂ ਨੂੰ ਇਹ ਅਪੀਲ ਕਰਦੇ ਆਂ ਵੀ ਜੇ ਕੋਈ ਇਹਨਾਂ ਨੂੰ ਬਾਕੀ ਤੁਸੀਂ ਆ ਦਾ ਨਾਮ ਤੇ ਨੰਬਰ ਜੀ ਦੱਸੋ ਜੀ ਜਿਹੜਾ ਤੁਹਾਡਾ ਇੱਥੇ ਮੇਨ ਖਜਾਨਚੀ ਆ ਠੀਕ ਹੈ ਜੀ ਕੀ ਨਾਮ ਤੇ ਨੰਬਰ ਦੱਸਦਾ ਹਾਂ ਮੇਰੇ ਭਾਈ ਹਾਂ ਜੀ ਦੱਸੋ ਜੀ ਨੰਬਰ ਰੁਖ ਸਿੰਘ ਮੇਰਾ ਨਾਮ ਜੀ ਪਿੰਡ ਦਾ ਰਿਆਲ ਦੇ ਰਹਿਣ ਵਾਲੇ ਜੀ ਤੇ 98766 83474 ਠੀਕ ਹੈ ਦੁਬਾਰਾ ਫਿਰ ਬੋਲਦੇ ਆਂ ਤੇ ਨੰਬਰ 9876684 ਇਹ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਕੋਈ ਡੀਜ਼ਲ ਜਾਂ ਕੋਈ ਹੋਰ ਵੀ ਤੁਸੀਂ ਸੇਵਾ ਦੇਣੀ ਚਾਹੁੰਦੇ ਹੋ ਤਾਂ ਦੇ ਸਕਦੇ ਆ ਤੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਤੇ ਅਸੀਂ ਥੈਂਕ ਯੂ ਕਰਦੇ ਹਾਂ ਉਹਨਾਂ ਐਨ ਆਰ ਆਈ ਵੀਰਾਂ ਦਾ ਜਿਨ੍ਹਾਂ ਨੇ ਮਦਦ ਭੇਜੀ ਆ ਧੰਨਵਾਦ ਜੀ